ਹਾਂਜੀ ਸਰਦਾਰ ਜੀ ਮੁੜੇ ਪਿੰਡੋਂ ਸਤਿ ਸ਼੍ਰੀ ਅਕਾਲ ਪੰਜਾਬੀਓ ਪਿੰਡੋਂ ਮੁੜੇ ਆਏ ਆ ਹੋਰ ਹਫਤਾ ਲਾ ਗਿਆ ਇਹ ਟੌਰ ਬੜੇ ਸੋਹਣੇ ਸੁਨੱਖੇ ਲੱਗ ਰਹੇ ਅੱਜ ਥੈਂਕ ਯੂ ਭਾਜੀ ਪੱਗ ਬੰਨ ਕੇ ਰੱਖਿਆ ਕਰੋ ਬਲੌਗ ਵਿੱਚ ਪੱਗ ਬੰਨ ਕੇ ਜ਼ਿਆਦਾ ਖਰੇ ਲੱਗਦੇ ਕੀ ਬਾਤ ਆ ਚਲੀਏ ਯਾਰ ਨੂੰ ਸਿਟੀ ਨੂੰ ਚਲੋ ਮੈਂ ਕਿਹਾ ਅੱਜ ਬਲੌਗ ਨਵਜੋਤ ਬਾਜਵੇ ਨਾਲ ਚਲੋ ਚਲੋ ਪਹਿਲਾਂ ਗੱਡੀ ਬਾਹਰ ਕਢਾ ਕੋਈ ਨਾ ਗੱਡੀ ਨਿਕਲ ਗਈ ਬਸ ਦਰਵਾਜ਼ਾ ਲਾਉਣਾ ਬਣਾ ਗੱਡੀ ਧਵਾਉਣੀ ਵੀ ਆ ਮੈਂ ਦੇਖਿਆ ਸਕਾਰਪੀਓ ਨੂੰ ਬੜਾ ਸਵਾਰ ਕੇ ਰੱਖਦਾ ਭਾਜੀ ਯਾਰ ਉਹਦੇ ਘੈਂਟ ਹੀ ਬਹੁਣਾ ਬਣ ਗਈ ਹੁਣ ਦੇਖਿਓ ਸਹੀ ਇੱਕ ਵਾਰੀ ਅੱਜ ਸ਼ਾਮੀ ਗੱਡੀ ਉੱਤੇ ਲੱਗ ਜਾਂਦੇ ਆ ਚਲ ਠੀਕ ਆ ਹਾਏ ਹਾਏ ਗਿੰਬਲ ਤੇਰੀ ਉਹ ਸੱਚ ਅੱਜ ਬੁਲਟ ਦੀ ਸਰਵਿਸ ਕਰਾਣੀ ਹੈ ਮੈਨੂੰ ਪਿੰਡੋਂ ਡੈਡੀ ਕੋ ਗਾਲਾਂ ਬਹੁਤ ਪੈਣੀਆਂ ਤੁਹਾਨੂੰ ਪਤਾ ਫੌਜੀ ਬੰਦੇ ਆ ਉਹ ਟੱਪਾ ਨਹੀਂ ਦਿੰਦੇ ਆ ਜਾਣਾ ਬਸ ਤੇ ਉਹ ਕਰਵਾ ਕੇ ਰੱਖਣੀ ਕਿਹੜਾ ਟਾਈਮ ਹੈ 3 ਤਾਂ ਵੱਜ ਗਏ ਕੋਈ ਨਾ 5 ਮਿੰਟ ਲੱਗਣੇ ਆ ਉਹ ਦੂਜੀ ਸਰਵਿਸ ਹੈ ਨਾਲੇ ਦੂਜੀ ਸਰਵਿਸ ਹੈ ਦੂਜੀ ਸਰਵਿਸ ਆ ਚੱਲ ਠੀਕ ਆ ਕਰਵਾ ਕੇ ਲਿਆਵਾਂਗੇ ਚਲੋ ਗੱਡੀ ਘੱਟੋ ਪਹਿਲਾਂ ਜਗਾੜ ਮਿੰਟ ਦੇਖੋ ਨਵਜੋਤ ਬਾਜਵੇ ਦਾ ਬਈ ਕਿੰਨੀਆਂ ਚੀਜ਼ਾਂ ਚੱਕਦਾ ਇਹ ਬੰਦ ਆਨ ਹੀ ਰੱਖਿਆ ਇਹਨੂੰ ਇਹ ਉਹ ਸਟੈਂਡ ਬਾਈ ਤੇ ਆਪੇ ਚੱਲੇ ਕੋ ਠੀਕ ਹੈ ਇਹ ਤੇਰਾ ਪਦੋਮਟਰ ਕੀ ਇਹ ਜਦੋਂ ਮੈਂ ਫੇਸ ਇਦਾਂ ਕਰਕੇ ਕੈਪਚਰ ਕਰ ਲਿਆ ਇਦਾਂ ਮੇਰੇ ਹਿਸਾਬ ਨਾਲ ਤੁਰਤ ਆ ਵੀ ਇਹਨੇ ਕੈਪਚਰ ਕਰੀ ਜਾਣਾ ਸਭ ਤੋਂ ਪਹਿਲਾਂ ਜਾਣਾ ਆਪਾਂ ਮੰਮੀ ਦੀ ਦਵਾਈ ਲੈਣ ਓਕੇ ਠੀਕ ਆ ਪਹਿਲਾਂ ਸਭ ਤੋਂ ਪਹਿਲਾਂ ਤੁਸੀਂ ਸਹੀ ਹੋ ਕੇ ਬਹਿ ਜਾਓ ਬਸ 2 ਮਿੰਟ ਦੇਖ ਲਓ ਨਾ ਉਹਦਾ ਫੋਨ ਟੁੱਟਾ ਹੈ ਨਾ ਇਹਨੇ ਬਣਵਾਇਆ ਦਿਖਾ ਕਿਦਾਂ ਸਾਰੇ ਟੁੱਟਾ ਨਾ ਇਹਨੇ ਬਣਾਉਣ ਦੀ ਕੋਸ਼ਿਸ਼ ਕੀਤੀ ਨਾ ਮੈਂ ਪਰ ਬਣਾਵਾਂਗੇ ਹੁਣ ਆਪਾਂ ਕੋਈ ਨਾ ਭਾਜੀ ਅੱਜ ਕਿਹੜਾ ਕਵਰ ਲੱਗ ਗਏ ਨੇ ਦੇਖਣਾ ਵੀ ਗੱਲ ਫਿਰ ਰਹਿਣ ਦੇ ਨੇ ਬਣਾਉਣ ਨੂੰ ਕੈਨਸਲ ਕਰਤਾ ਕੈਨਸਲ ਹੋ ਗਿਆ ਨਹੀਂ ਨਹੀਂ ਹੁਣ ਚੱਲੇ ਸੀ ਆਪਾਂ ਜਿਹੜੀ ਵੀਰ ਤੋਂ ਹੈਲੋ ਜੋਗੀ ਸੱਚੀ ਜੇ ਲਈ ਚੱਲੇ ਸੀ ਹੁਣ ਕੈਨਸਲ ਹੀ ਕਰਾਤਾ ਆਪਾਂ ਨਵਾਂ ਕਲਰ ਪਵਾ ਕੇ ਲੈਣੇ ਆ ਕੈਨਸਲ ਹੋ ਗਿਆ ਬ్రో ਲੈ ਭਾਜੀ ਐਡੀ ਕਿਹੜੀ ਮੈਨੂੰ ਪਤਾ ਭਾਜੀ ਯਾਰ ਇਦਾਂ ਥੋੜੀ ਹੋ ਸਕਦਾ ਮਤਲਬ 12 ਨੂੰ 13 ਬਣਾ ਕੇ ਲਿਆਉਣਾ ਤੂੰ ਇਹ ਕਹਿੰਦਾ 12 ਨੂੰ 13 ਬਣਾ ਕੇ ਲੈਣੇ ਆ ਆਪਾਂ ਨਹੀਂ ਨਹੀਂ ਇਹਨੂੰ ਬਲੈਕ ਕਰਾਉਨੇ ਆ ਹੁਣ ਅੱਛਾ ਥੋੜਾ ਟੇਸਟੀ ਉਹਦੀ ਟੇਪ ਬਣਾ ਲਾ ਟੇਪ ਕਰਾ ਲਾ ਉਹ ਛੱਡੋ ਭਾਜੀ ਦੇਸੀ ਕੰਮ ਥੋੜੀ ਕਰਨੇ ਆ ਟੇਪ ਕਰਾ ਲਾ ਨਾ ਵਿੱਚੋਂ ਐਪਲ ਕੱਟ ਲਈ ਐਪਲ ਤੇ ਖਰਚਾ ਕਰਨਾ ਬਲੈਕ ਕਲਰ ਚ ਕਿਹੜਾ ਫੋਨ ਕਰਾਉਣ ਲੱਗਾ ਯਾਰ ਤੂੰ ਨਵੀਂ ਆਈਟਮ ਬਣਾ ਕਰਦਾ ਐਪਲ ਤੇ ਭਾਜੀ ਕੁਝ ਵੱਖਰਾ ਸਭ ਤੋਂ ਪਹਿਲਾਂ ਆਪਾਂ ਜਾਵਾਂਗੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਯਾਰ ਜਿਹੜੀ ਗੱਲ ਹੈ ਗੁਰੂ ਘਰ ਦੇ ਦਰਸ਼ਨ ਕਰੀਏ ਤੇ ਤੁਹਾਨੂੰ ਵੀ ਕਰਵਾਈਏ ਯਾਰ ਇੱਕ ਗੱਲ ਮੈਨੂੰ ਆ ਨਹੀਂ ਸਮਝ ਲੱਗਦੀ ਭਾਜੀ ਆਪਾਂ 1.5-2 ਲੱਖ ਲਾਉਂਦੇ ਆ ਆਈਫੋਨਾਂ ਦੇ ਤੇ ਗਰਮ ਫੇਰ ਅੰਨੇ ਹੋ ਜਾਂਦੇ ਆ ਹੁਣ ਫਲੈਸ਼ ਲਾਈਟ ਨਹੀਂ ਚੱਲਣੀ ਇਹਦੀ ਆਹੋ ਫਲੈਸ਼ ਨਹੀਂ ਚੱਕਦੀ ਯਾਰ ਮੈਂ ਤਾਂ ਬਹੁਤ ਤੰਗ ਆ ਵਿੱਚੋਂ ਫਿਰ ਉਹ ਹੁੰਦੇ ਆ 2 ਮਿੰਟ ਹੋ ਜਾ ਸਤਨਾਮ ਸ਼੍ਰੀ ਵਾਹਿਗੁਰੂ ਮੈਂ ਕਿਹਾ ਬਾਕੀ ਫਲੈਸ਼ ਨਹੀਂ ਜਾਗਦੀ ਫਲੈਸ਼ ਨਹੀਂ ਜਾਗਦੀ ਫਿਰ ਜਦੋਂ ਬਿਲਕੁਲ ਜ਼ਿਆਦਾ ਗਰਮ ਹੋਏ ਫਿਰ ਕੁਝ ਵੀ ਨਹੀਂ ਹੁੰਦਾ ਉਦੋਂ ਵੇਟ ਕਰਨਾ ਯਾਰ ਜਦੋਂ ਵਿੱਚ ਬਲੌਗ ਬਣਾਉਣਾ ਹੋਵੇ ਨਾ ਫਲੈਸ਼ ਰਾਤ ਨੂੰ ਜਗਾਉਣੀ ਹੋਵੇ ਜਾਗਦੀ ਨਹੀਂ ਕਦੀ ਉਹ ਪਤਾ ਨਹੀਂ ਹਾਂ ਜਦੋਂ ਗਰਮ ਹੋ ਜਾਂਦਾ ਉਹਨੇ ਚਿਰ ਚ ਚਲੋ ਆਪਾਂ ਇੰਨੇ ਵੇਲੇ ਇਹਦਾ ਪਤਾ ਨਹੀਂ ਕੀ ਚੱਕਰ ਆ ਬਸ ਕੈਮਰੇ ਕਰਕੇ ਹੁਣ ਉਹ 14 ਵੀ ਆ ਗਿਆ ਹੁਣ ਫੇਰ ਇੱਕ ਨਵਾਂ ਫਾਹ ਪੈ ਗਿਆ ਆਪਾਂ ਨੂੰ ਹੁਣ ਉਹ ਲੈਣਾ ਪੈਣਾ ਹੈ ਲੈਣਾ ਤੇ ਯਾਰ ਬੁਕਿੰਗ ਕਰਾਈ ਹੈ ਆਪਣੇ ਫੋਨ ਦੀ ਸਭ ਤੋਂ ਪਹਿਲਾਂ ਲੈ ਚੱਲਦਾ ਸਰਦਾ ਬੁੱਕ ਕਰਾ ਦਿੰਨੇ ਫਿਰ ਜਾਂ ਫਿਰ ਜਿਹੜੀ ਭਾਈ ਨੇ ਕਹਿਣਾ ਵੀ ਬੁੱਕ ਕਰਾ ਦਿੰਨੇ ਤੇ ਇਦਾਂ ਕਿ ਜਿੱਦਾਂ ਸਾਲਾ ਐ ਮਾਨੂੰ ਪਹਿਲਾਂ ਸਤਿ ਸ਼੍ਰੀ ਅਕਾਲ ਪੰਜਾਬੀਓ ਮੈਂ ਤੁਹਾਡਾ ਆਪਣਾ ਰਵਿੰਦਰ ਸਿੰਘ ਸ਼ੇਰਗਲ ਔਰ ਫਾਰਵੀ ਸ਼ੇਰਗਲ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਜਿਹਦਾ ਨਾਮ ਹੈ 0300 ਵਾਲੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਆਪਾਂ LC ਲੈਂਦੇ ਪਿੱਛੇ ਜੇ ਤੇ ਹਲੇ ਵੀ ਸੋਚਦੇ ਹੀ ਆ ਲੱਭਦੇ ਪਏ ਆ ਉਹੀ ਗੱਲ ਕਰਨ ਲੱਗਾ ਹਲੇ ਵੀ ਲੱਭਦੇ ਆ ਪਰ ਪਤਾ ਕੀ ਹੈ ਵੀਰੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ LC ਦੁਬਾਰਾ ਲਾਂਚ ਕਰਨ ਲੱਗੇ ਨਾ ਇੱਥੇ ਤੇ 2022 ਵਾਲੀ ਹੁਣੇ ਜੇ ਆਪਾਂ ਲੈ ਲਈ 1.5 ਕਰੋੜ ਦੀ ਆਪਾਂ ਜੇ ਪੁਰਾਣੀ ਲੈ ਲਈ ਹੈ 1.5 ਕਰੋੜ ਦੀ ਪੁਰਾਣੀ ਉਹ ਵੀ 2017 ਜਾਂ 18 ਮਾਡਲ ਠੀਕ ਆ 1.5 ਕਰੋੜ ਮੰਗਦੇ ਉਹਦਾ ਪੁਰਾਣੀ ਲੈ ਲਈ ਉਦੋਂ ਬਾਅਦ ਇੱਥੇ ਨਵੀਂ ਲਾਂਚ ਹੋ ਜਾਣੀ ਹੈ ਨਾ ਤੇ ਉਦੋਂ ਬਾਅਦ 'ਚ ਫਿਰ ਕੀ ਉਹਦੀ ਕੀ ਵੈਲਿਊ ਰਹਿਣੀ ਆ ਜਿਹਨੇ 1.5 ਕਰੋੜ ਰੁਪਈਆ ਲਾਇਆ ਉਹਨੂੰ ਤਾਂ ਦੰਦਲ ਪੈਣੀ ਨਾ ਮੇਰੇ ਵਰਗੇ ਨਾਲ ਕਹਿਣਾ ਹੀ ਆ ਨਾ ਮੈਂ ਫਾਹਾ ਹੀ ਲੈ ਲਵਾਂ ਇਸ ਕਰਕੇ ਥੋੜ੍ਹੀ ਜਿਹੀ ਮੈਂ ਵੇਟ ਵੀ ਕਰ ਵੱਡੀ ਗੱਲ ਇਹ ਆ ਕਿ ਮੈਂ ਵਾਰ ਵਾਰ LC ਕਰਨਾ ਨਹੀਂ ਚਾਹੁੰਦਾ ਇਸ ਕਰਕੇ ਬਲੌਗਾਂ 'ਚ ਜ਼ਿਕਰ ਕਰਨਾ ਛੱਡਿਆ ਹੋਇਆ ਹੈ ਠੀਕ ਆ ਅੱਜ ਮੈਂ ਤਾਂ ਦੱਸਦਾ ਕਿ ਮੈਂ ਕਿਹਾ ਫਿਰ ਵੀ ਕਈ ਵੀਰਾਂ ਨੂੰ ਹੋਣਾ ਆ ਕਿ ਕਹਿਣਾ ਲਈ ਗਾ ਤੇ ਨਹੀਂ ਕਹੀ ਫੜਾ ਹੀ ਮਾਰਦੇ ਹਨਾ ਫੜਾ ਫੜਾ ਉਹ ਯਾਰ ਇਹ ਕੰਮ ਫੜਾ ਫੜਾ ਵਾਲਾ ਬ్రో ਹੈ ਨਹੀਂ ਆਪਣਾ ਜਿਹੜੀ ਚੀਜ਼ ਤੇ ਮਿੱਤਰਾਂ ਦੀ ਅੱਖ ਟਿਕ ਗਈ ਸੀ ਉਹ ਛੱਡੀ ਦੀ ਨਹੀਂ ਕਦੀ ਸਹੀ ਗੱਲ ਠੀਕ ਹੈ ਜੀ ਪਰ ਉਹ ਹੁਣ ਗੱਲ ਇਹ ਆ ਪਰ 1.5 ਕਰੋੜ ਰੁਪਏ ਆ ਵੀ ਦੇਖੋ ਨਾ ਕਿੰਨਾ ਹੁੰਦਾ ਬਹੁਤ ਜ਼ਿਆਦਾ ਹੁੰਦਾ ਬ్రో
ਤੇ 1.5 ਕਰੋੜ ਉਹ ਵੀ ਸੈਕਿੰਡ ਹੈਂਡ ਚੀਜ਼ 'ਤੇ ਖਰਚਣਾ, ਉਹ ਵੀ 4-5 ਸਾਲ ਪੁਰਾਣੀ 'ਤੇ, ਤਾਂ ਉਹ ਵੀ ਜਦੋਂ ਘਰ ਲਿਆਉਂਦੀ ਉਦੋਂ ਪਤਾ ਨਹੀਂ 1-2 ਮਹੀਨੇ ਬਾਅਦ ਕਹਿ ਦਿਓ ਕਹਿ ਦੇਣ ਕਿ LC ਨਵੀਂ ਆ ਗਈ ਆ, ਫਿਰ ਔਖਾ ਹੋ ਜਾਣਾ ਨਾ। ਇਸ ਕਰਕੇ ਸੋਚ ਸਮਝ ਕੇ ਗੱਡੀ ਲੈਣੀ ਆ, ਠੀਕ ਹੈ ਜੀ। ਮੈਨੂੰ ਤਾਂ ਰੇਂਜ ਵੀ ਵਧੀਆ ਲੱਗਣ ਲੱਗ ਪਈ ਉੱਧਰ, ਪੁਰਾਣੀ ਫੋਰਚੂਨਰ ਦੇ ਕੇ ਨਵੀਂ ਫੋਰਚੂਨਰ ਲਿਆਉਣੀ, ਕਿਉਂਕਿ ਉਹਦਾ ਰੇਟ ਗਿਰ ਰਿਹਾ ਬਹੁਤ ਜ਼ਿਆਦਾ ਹੈ ਨਾ, ਕਿਉਂਕਿ ਉਹ ਪੁਰਾਣੀ ਹੋ ਗਈ ਹੈ। ਜਾਂ ਪੁਰਾਣੀ ਫੋਰਚੂਨਰ ਦੇ ਕੇ ਨਵੀਂ ਇੱਕ ਤਾਂ ਚੇਂਜ ਕਰੀਏ ਪਹਿਲਾਂ, ਠੀਕ ਹੈ, ਅਤੇ ਬਾਅਦ 'ਚ ਅੰਡਾਈਵਰ ਦੇ ਕੇ, ਤਾਂ ਤੁਹਾਨੂੰ ਪਤਾ ਹੀ ਹੈ ਮੈਂ ਕਿਹੜੀ ਸੋਚੀ ਹੋਈ ਹੈ। ਅਤੇ ਗੱਡੀ ਜਲਦੀ ਸੋਹਣੇ ਆ ਬਰੋ, ਬਟ ਪਹਿਲਾਂ ਗਾਣੇ ਆ, ਗਾਣਿਆਂ 'ਤੇ ਬਹੁਤ ਜ਼ਿਆਦਾ ਲਾਇਆ ਹੋਇਆ ਦਿਮਾਗ, ਕਿਉਂਕਿ ਇਸ ਚੱਕਰ 'ਚ ਮੈਂ ਬਲੌਗ ਵੀ ਬਹੁਤ ਘੱਟ ਪਾਏ ਪਿੱਛੇ ਜੇ, ਅਤੇ ਬਸ ਸਾਰਾ ਕੁਝ ਤੁਹਾਡੇ ਸਾਹਮਣੇ ਆ ਜਾਣਾ ਜੀ। ਧਨ ਦੌਲਤ ਵੀ ਲੱਗ ਰਹੀ ਹੈ, ਬਹੁਤ ਧਨ ਦੌਲਤ ਲਟਾ ਛੱਡੀ ਜੇ ਗਾਣਿਆਂ 'ਤੇ, ਅਤੇ ਇਸ ਕਰਕੇ ਸਾਰਾ ਕੁਝ ਤੁਹਾਡੇ ਸਾਹਮਣੇ। ਇੱਕ ਚੀਜ਼ ਹੋਣੀ ਆ, ਘਰ ਦੇ ਵੀ ਕਹਿੰਦੇ ਜਾਂ ਗਾਣਿਆਂ ਵੱਲ ਨੂੰ ਹੋ ਜਾ ਜਾਂ LC-ਆਂ ਲੈ ਲਾ, ਅਤੇ ਮੈਂ ਗਾਣਿਆਂ ਨੂੰ ਮੂਹਰੇ ਰੱਖਿਆ ਨਾ, ਪ੍ਰੈਫਰੈਂਸ ਗਾਣਿਆਂ ਨੂੰ ਜ਼ਿਆਦਾ ਦਿੱਤੀ, ਅਤੇ ਵਾਹਿਗੁਰੂ ਕਿਰਪਾ ਕਰੇ। ਅਤੇ ਬਾਕੀ ਤੁਹਾਡੇ ਵਰਗੇ ਵੀਰਾਂ ਭੈਣਾਂ ਦੇ ਹੱਥਾਂ ਦਾ ਕਿ ਕਿੱਦਾਂ ਦੇ ਰਹੂ ਗਾਣੇ। ਪਹਿਲਾ ਗਾਣਾ ਘੈਂਟ ਲੱਗੂਗਾ, ਬਟ ਜਿਹੜਾ ਦੂਜਾ ਆ ਨਾ, ਦੂਜਾ ਉਹ 'ਤੇ ਮੈਨੂੰ ਬਹੁਤ ਉਮੀਦਾਂ ਆ, ਅਤੇ ਜਿਹੜਾ ਤੀਜਾ ਹੈ ਉਹ 'ਤੇ ਮੈਨੂੰ ਬਾਹਲੀਆਂ ਉਮੀਦਾਂ ਆ। 3 ਗਾਣੇ ਆ ਜਿਹੜੇ ਰੈਡੀ ਹੋ ਗਏ ਆ, ਮਤਲਬ ਪੂਰੇ, ਠੀਕ ਹੈ, ਜਲਦੀ ਆਉਣਗੇ। ਆਪਾਂ 15-15 ਜਾਂ 20-20 ਦਿਨਾਂ ਬਾਅਦ ਛੱਡੀ ਜਾਣੇ, ਠੀਕ ਆ। ਇਹ ਤਾਂ ਮੈਂ ਨਹੀਂ ਕਹਿੰਦਾ ਕਿ ਇੱਕ ਦਿਨ 'ਚ 4 ਕਰ ਦੇਣੇ ਵੀਡੀਓ, ਹੈ ਨਾ, ਪਰ 20 ਦਿਨਾਂ ਬਾਅਦ ਛੱਡੀਆਂ। ਸਤਿਨਾਮ ਸ਼੍ਰੀ ਵਾਹਿਗੁਰੂ। ਸਭ ਤੋਂ ਪਹਿਲਾਂ ਆਹ ਇੱਕ ਚੀਜ਼ ਹੋਰ ਦੱਸ ਦੇਵਾਂ, ਆਹ 66-ਫੁੱਟੀ ਰੋਡ ਆ, ਹਾਈ ਗ੍ਰੇਡ ਫਰਨੀਚਰ ਆ ਨਾ, ਅਤੇ ਇੱਧਰ ਨੂੰ ਮੁੜ ਕੇ ਨਾ, ਇੱਧਰ ਨੂੰ ਮੁੜ ਕੇ ਉਹ ਆਪਣਾ ਬਟੀਕ ਆ, ਠੀਕ ਆ। ਮੇਰੀਆਂ ਬੀਬੀਆਂ ਭੈਣਾਂ ਮੇਰੀਆਂ ਪਹੁੰਚਿਓ ਜ਼ਰੂਰ, 66-ਫੁੱਟੀ ਰੋਡ ਜਲੰਧਰ। ਅਤੇ ਬਾਕੀ ਮੈਂ ਇੰਸਟਾਗ੍ਰਾਮ ਦੀ ID ਮੈਨਸ਼ਨ ਕਰ ਦੂੰ, ਚੱਲ ਬਣਾ ਬਾਅਦ 'ਚ ਥੋੜ੍ਹਾ ਜਿਹਾ ਇੱਥੇ ਲੈ ਕੇ ਜਾਣਾ, ਚਾਬੀ ਕੱਢ। ਅਤੇ ਇੰਸਟਾਗ੍ਰਾਮ ਦੀ ID ਮੈਂ ਨਾ ਡਿਸਕ੍ਰਿਪਸ਼ਨ 'ਚ ਦੇ ਦਿੱਤੀ ਆ, ਉਹ 'ਚ ਦੇਖ ਲਿਓ, ਲੌਕ ਕਰ ਦਿਓ ਅੱਗੇ। ਅਤੇ ਤੁਹਾਡੇ ਲਈ ਸੈਲਫੀ ਪੁਆਇੰਟ ਵੀ ਖੋਲ੍ਹਿਆ ਹੋਇਆ, ਸੈਲਫੀਆਂ ਲਿਓ ਇੱਥੇ। ਓਏ ਹੋਏ ਹੋਏ, ਕਿਆ ਸੈਲਫੀ, ਓਏ ਵਾਹ ਵਾਹ ਰਵਿੰਦਰਾ, ਕਿਆ ਤੂੰ ਸ਼ੈ ਬਣਾਤੀ ਆ, ਓ ਹੋ ਹੋ। ਨਵਜੋਤ ਬਾਜਵਾ ਜੀ, ਹੁਣ ਆਪਾਂ ਕਿੱਧਰ ਨੂੰ ਜਾ ਰਹੇ ਹਾਂ ਬਰੋ? ਹੁਣ ਆਪਾਂ ਜਾ ਰਹੇ ਹਾਂ ਭਾਜੀ BMC ਚੌਂਕ ਵੱਲ ਨੂੰ। ਕਿਉਂ? ਕਿਉਂਕਿ ਗੱਡੀ 'ਚ ਫਰੈਗਰੈਂਸ ਲਵਾਉਣੀ ਹੈ ਯਾਰ। ਕਾਹਤੇ ਤੈਨੂੰ ਕਹਤੇ ਮੈਂ ਕਰ, ਥੋੜਾ ਜ਼ਿਆਦਾ ਹੀ ਮੈਂ ਗੰਦਾ ਜਿਹਾ ਆ ਰਿਹਾ। ਲੈ ਦੱਸ, ਇਹਦੇ ਵਿੱਚ ਗੁਰਜੀਤ ਬੈਠਾ, ਇਹਦਾ ਮਤਲਬ ਤੈਨੂੰ ਕੀ ਲੱਗਦਾ ਯਾਰ? ਭਾਜੀ ਏਦਾਂ ਤਾਂ ਕੁਝ ਵੀ ਨਹੀਂ ਕਿਹਾ ਮੈਂ, ਉਦਾਂ ਗੱਲ ਕੀਤੀ ਆ ਕਈ ਵਾਰੀ ਆਈ। ਅੱਛਾ, ਪ੍ਰਭ ਸਿੰਘ ਨਹੀਂ? ਅੱਛਾ ਭਾਜੀ ਭਾਜੀ ਵੀ ਨਹੀਂ, ਕੋਈ ਵੀ ਨਹੀਂ, ਤੂੰ ਬੈਠਾ ਹੈ ਤਾਂ ਬੈਠਾ, ਤਾਂ ਕਰਕੇ ਸਮੈਲ ਆਉਂਦੀ ਹੈ, ਤਾਂ ਕਰਕੇ ਫਰੈਗਰੈਂਸ ਲਵਾਉਣੀ ਆ। ਚੱਲ ਠੀਕ ਹੈ, ਚਲੋ ਫਿਰ ਸਿੱਧਾ ਹੀ BMC ਚੌਂਕ, ਠੀਕ ਹੈ ਜੀ। ਸੌਰੀ ਸੌਰੀ ਸੌਰੀ, ਕੋਈ ਚੱਕਰ ਨਹੀਂ, ਇਟਸ ਓਕੇ ਬ੍ਰੋ, ਇਟਸ ਓਕੇ, ਥੈਂਕ ਯੂ ਭਾਈ। ਇਹਨੂੰ ਮੈਂ ਕਿਹਾ ਆਪਣੀ ਸਮਝ ਕੇ ਗੱਡੀ ਚਲਾਈ, ਇਹ ਜ਼ਿਆਦਾ ਭੰਨਣ ਲੱਗ ਪਿਆ, ਕਹਿੰਦਾ ਭਾਜੀ ਆਪਣੀ ਤਾਂ ਮੈਂ ਇੱਦੀ ਭੰਨਦਾ ਹੁੰਦਾ। ਨਹੀਂ ਹੁਣ ਮੈਂ ਸਮਝ ਗਿਆ, 1-2 ਦਿਨ ਹੋਏ ਆ। ਚਲੋ ਉਹ ਸਿੱਧਾ ਬੁਗੇ ਚੰਡੀਗੜ੍ਹ ਆ, ਚੱਲੀਏ? ਨਹੀਂ ਨਹੀਂ, ਰਹਿਣ ਦੇ, ਥੱਲੇ ਰੱਖ, ਸਿੱਧਾ ਦਿੱਲੀ ਵੀ ਆ। ਨਹੀਂ ਉੱਥੇ ਉਹ ਜ਼ਿਆਦਾ ਦੂਰ ਹੋ ਜਾਣਾ, ਚੰਡੀਗੜ੍ਹ ਤੇ ਲੱਗੇ ਆ। ਠੀਕ, ਚੰਡੀਗੜ੍ਹ, ਚੰਡੀਗੜ੍ਹ ਫਗਵਾੜਾ ਟੱਪ ਕੇ ਚੰਡੀਗੜ੍ਹ ਆ। ਬਸ ਤੈਨੂੰ ਇੰਨਾ ਕੀ ਪਤਾ ਨਾ ਫਗਵਾੜਾ ਦਾ, ਫਗਵਾੜੇ ਤੋਂ ਅੱਗੇ ਕੀ ਆਉਂਦਾ? ਫਗਵਾੜੇ ਤੋਂ ਅੱਗੇ ਪਤਾ ਨੀ, ਬਸ ਅੱਗੇ ਰੋਡ ਆਉਂਦਾ ਭਾਜੀ, ਰੋਡ ਤੇ ਸਿੱਧਾ ਹੀ ਆ ਜਾਣਾ ਆ। ਕੁਝ ਨੀ ਪਤਾ ਫਗਵਾੜੇ ਤੋਂ, ਸਾਰਾ ਪਤਾ ਫਗਵਾੜੇ ਤੋਂ, ਤਾਂ ਆਪਾਂ ਪਿੱਛੇ ਹੀ ਮੁੜ ਜਾਈਦਾ ਅੱਜ ਕੱਲ ਦੇਖੋ ਫਗਵਾੜੇ ਸ਼ਹਿਰ ਵਿੱਚ ਤਾਂ ਜਾਈਦਾ, ਫਗਵਾੜੇ ਚ ਨਹੀਂ ਜਾਣਾ, ਫਗਵਾੜੇ ਦੇ ਪਿੱਛੇ ਕਿਟਾਰ ਨਾਣਾ ਤਾਂ ਐ ਨਹੀਂ ਮੁੜਨਾ। ਠੀਕ ਹੈ, ਜਾਈ ਜਾਣਾ ਜਾਈ ਜਾਣਾ ਜਾਈ ਜਾਣਾ ਜਾਈ ਜਾਣਾ ਜਾਈ ਜਾਣਾ, ਇਹ ਨਹੀਂ ਪਤਾ ਰਾਜ ਕੀ ਹੁੰਦਾ ਨਾ। ਨਹੀਂ ਨਹੀਂ, ਫਿਰ ਰਾਜ ਦੋ ਟੋਲ ਪਲਾਜ਼ੇ ਆਣੇ ਆ ਭਾਜੀ। ਅੱਛਾ, ਉਹ ਪਤਾ, ਉਹ ਆਣਾ ਹਨਾ, ਫਿਰ ਅੱਗੇ ਤਾਂ ਜਾ ਕੇ ਜਾਈ ਜਾਣਾ ਜਾਈ ਜਾਣਾ, ਫਿਰ ਅੱਗੇ ਆਣਾ ਆ ਉੱਥੇ ਮੇਨ ਜਾ, ਉੱਥੇ ਮੁੰਡੂ ਮੁੰਡਾ ਦੋ ਆਣ, ਤਿੰਨ ਦੋ ਹੀ ਪਤਾ, ਚੇਤਾ ਹੀ ਭੁੱਲ ਗਿਆ। ਦੋ ਆਂਦੇ ਆ, ਦੋ ਆ, ਫਿਰ ਫਿਰ ਜਾਈ ਜਾਣਾ, ਨਹੀਂ ਤਿੰਨ ਆਂਦੇ ਆ ਭਾਜੀ, ਤਿੰਨ ਆਂਦੇ ਆ, ਤਿੰਨ। ਚੱਲ ਠੀਕ ਹੈ ਯਾਰ, ਜਦ ਮੰਨ ਲੈਨੇ, ਮੈਨੂੰ ਨਹੀਂ ਪਤਾ, ਪਰ ਮੈਨੂੰ ਨਹੀਂ ਪਤਾ, ਪਰ ਮੈਂ ਚਾ ਪਤਾ ਨਹੀਂ ਯਾਰ, ਤੇ ਛੱਡੋ ਯਾਰ, ਤੂੰ ਹੀ ਦੋ ਗਿਆ, ਮੈਂ ਦੋ ਮੰਨ ਕੇ ਤਿੰਨ ਗਿਆ, ਤਿੰਨ ਗਿਆ, ਆਪਾਂ ਤਾਂ ਕਟਾ ਲਈ ਪਰਚੀ, ਸਿੱਧਾ ਹੀ ਬ੍ਰੋ। ਤੇ ਤਾਂ ਜਲੰਧਰ ਦਾ ਰਾਹ ਨਹੀਂ ਪਤਾ ਤੈਨੂੰ, ਕਾਹਦਾ ਪਤਾ ਇੰਨਾ ਚਿਰ ਤੈਨੂੰ ਇੱਥੇ ਹੋ ਗਿਆ? ਗੂਗਲ ਮੈਪ ਜਿੰਦਾਬਾਦ, ਸਿੱਧਾ ਜਾਣਾ, ਉਹ ਲੈਟ ਦਾ ਦੀ ਨਾ, ਉਧਰ ਨੂੰ ਜਾਣਾ ਪਾ, ਉਧਰ। ਠੀਕ ਹੈ ਭਾਈ, ਪਤਾ ਕੀ ਚੱਕਰ ਆ, ਮੈਂ ਦਿਮਾਗ ਜ਼ਿਆਦਾ ਪਤਾ ਇਹ ਚੀਜ਼ਾਂ ਤੇ ਤਾਂ ਨਹੀਂ ਖਰਚਦਾ, ਕਿਉਂਕਿ ਮੈਂ ਕਰਦਾ ਪਿਆ ਆਈਲੈਟਸ, ਇਸ ਕਰਕੇ ਮੈਂ ਨਹੀਂ ਚਾਹੁੰਦਾ ਕਿ ਮੇਰਾ ਦਿਮਾਗ ਹੋਰਾਂ ਚੀਜ਼ਾਂ। ਤੂੰ ਪੱਗ ਬੜੀ ਸੋਹਣੀ ਬੰਨਦਾ,
ਥੈਂਕ ਯੂ ਪਰ ਅੱਜ ਨਹੀਂ ਮੈਂ ਉਨੀ ਸੋਹਣੀ ਪੱਗ ਘੈਂਟ ਆ ਪਰ ਪੱਗ ਦੇ ਥੱਲੇ ਦਿਮਾਗ ਤੇ ਰਹਿਣ ਫਰੈਸ਼ ਪਿਆ ਉਹ ਫਰੈਸ਼ ਪਿਆ ਆ ਉਹ ਮੈਂ ਹਜੇ ਫਰੈਸ਼ ਰੱਖਿਆ ਮੈਂ ਕਿਤੇ ਟਿਕਾਣੇ ਦੀ ਥਾਂ ਤੇ ਲਾਵਾਂਗੇ ਨਾ ਵੀ ਯਕੀਨ ਨਹੀਂ ਕਰਦਾ ਕਿ ਮੇਰੀ ਫੋਟੋ ਸੋਹਣੀ ਆ ਰਹੀ ਇਹਨੂੰ ਸਭ ਤੋਂ ਪਹਿਲੀ ਕਲਿੱਪ ਦਿਖਾਈ ਜਦੋਂ ਬਲੌਗ ਸ਼ੁਰੂ ਹੋਇਆ ਉਹ ਚ ਘੈਂਟ ਬੜਾ ਲੱਗਣ ਡਿਆ ਜਦੋਂ ਮੈਂ ਸਿਫਤ ਕੀਤੀ ਆ ਇੰਨਾ ਸੋਹਣਾ ਮੈਂ ਕੱਲ ਗੱਡੀ ਧਿਆਨ ਨਾ ਚਲਾ ਆ ਬੈਗ ਨਾਲ ਵਾਲੇ ਨਾ ਮੈਂ ਕੀ ਕੁਛ ਨਹੀਂ ਯਾਰ ਵਿੱਚ ਨਾ ਗੱਡੀ ਦੀ ਜ਼ਿੰਦਗੀ ਚ ਗਾਲ ਨਾ ਕੱਢਣੀ ਮੈਂ ਗਾਲ ਨਹੀਂ ਕੱਢਦਾ ਠੀਕ ਆ ਚਲੋ ਪਹੁੰਚ ਗਿਆ ਹੁਣ ਜੋ ਮਰਜ਼ੀ ਲਵਾਓ ਗੱਡੀ ਚ ਕੀ ਲਵਾਉਣਾ ਕੀ ਆ ਪਰ ਆਪਾਂ ਗੱਡੀ ਜੇ ਲਵਾਉਣੀ ਇੱਕ ਫ੍ਰੈਗਰੈਂਸ ਐ ਕਰੋ ਫਿਰ ਮੈਂ ਤੁਹਾਨੂੰ ਦੱਸਦਾ ਉਹ ਸਿੱਧਾ ਜਾ ਕੇ ਨਾ ਇੱਥੋਂ ਖੱਬੇ ਮੋੜ ਲੈਣਾ ਖੱਬੇ ਮੋੜ ਲੈਣੀ ਯਾ ਬ੍ਰੋ ਠੀਕ ਹੈ ਖੱਬੇ ਮੋੜ ਇੱਕ ਯਾਰ ਭਾਜੀ ਲੋਕੀ ਹਣ ਮਖੌਲ ਬਹੁਤ ਕਰਦੇ ਆ ਯਾਰ ਕਾਤੇ ਉਹ ਗੱਡੀ ਦਾ ਆਪਾਂ ਸ਼ੀਸ਼ਾ ਵੀ ਮੈਂ ਪੁੱਛ ਹੀ ਲਈਏ ਸਕੋਰਪੀਓ ਦਾ ਸ਼ੀਸ਼ਾ ਓਕੇ ਉਹਦਾ ਵੀ ਪੁੱਛ ਜਾਂਦੇ ਆ ਕੱਲ ਪਵਾ ਜਾਂਗਾ ਅੱਗੇ ਠੀਕ ਹੈ ਬ੍ਰੋ ਪਹਿਲਾਂ ਮੋੜ ਲਓ ਪਹਿਲਾਂ ਮੋੜ ਲਈਏ ਕਿਹੜੇ ਆਪਣੇ ਬੰਦੇ ਸਰਦਾਰ ਜੀ ਮੈਂ ਕਿਹਾ ਆ ਵਾਲਾ ਦੇਖੋ ਘੈਂਟ ਆ ਇਹ ਮਾਈਕ ਵੇਖ ਬਹੁਤ ਦੁਨੀਆ ਨੇ ਲਵਾਇਆ ਪਰ ਆਪਣਾ ਹੁਣ ਅੱਜ ਕੱਲ ਆਪਾਂ ਗਾਣੇ ਨਹੀਂ ਕਰ ਰਹੇ ਇਸ ਕਰਕੇ ਲਵਾ ਲਓ ਹਨਾ ਵੀ ਸੁਣੀ ਸੁਣੀ ਥਾਂਿਆਂ ਤੇ ਡੁੱਗੀ ਹੁੰਦੇ ਰਿਹਾ ਆਪਣਾ ਅੱਗੇ ਉਹ ਜੋਰਾਵਰ ਨੇ ਖਰਾਬ ਕਰਤਾ ਇਸ ਕਰਕੇ ਆਪਾਂ ਤੇ ਲਾ ਦਿੰਦੇ ਆ ਚਲੋ ਇਹ ਵੀ ਕਿ ਜੋਰਾਵਰ ਨੇ ਪਾਰਟੀ ਲੈਣਾ ਉਦੋਂ ਨਹੀਂ ਨਹੀਂ ਥੋੜਾ ਬਚਾ ਕੇ ਰੱਖਾਂਗੇ ਚਲ ਫੇ ਗੱਡੀ ਚ ਇੱਥੇ ਨਾ ਬਾਬਿਆਂ ਦੀ ਫੋਟੋ ਵੀ ਲੱਗੀ ਹੁੰਦੀ ਸੀ ਪਤਾ ਨਹੀਂ ਐ ਹੀ ਨਹੀਂ ਨਵ ਬਾਬਿਆਂ ਦੀ ਫੋਟੋ ਹੈ ਨਹੀਂ ਗੱਡੀ ਚ ਕੋਈ ਵੀ पुराने रिम ही हो जाए ਫੇ ਤਾਂ ਕਿਆ ਬਾਤ ਹੈ ਨਹੀਂ ਤਾਂ ਨਵੇਂ ਤਾਂ ਪਵਾ ਹੀ ਲਿਆਉਣੇ ਕੱਲ ਪਰਸੋਂ ਸਰਦਾਰ ਜੀ ਕਿਆ ਗੱਡੀ ਘੁਮਾਈ ਤੁਸੀਂ ਥੈਂਕ ਯੂ ਭਾਜੀ ਉਹਨਾਂ ਨੂੰ ਪੁੱਛੀ ਨਿਕਲ ਸੋਰੀ ਕੀ ਕਰਾਂ ਕਰੋਮ ਕਰਾਉਣਾ ਹੈ ਹੋ ਜੂਗੇ ਪੁਰਾਣਿਆਂ ਨੂੰ ਪੁੱਛ ਕੇ ਓਏ ਕਿਆ ਵਧੀਆ ਚੀਜ਼ ਲਿਖੀ ਹੈ ਓਏ ਕੀ ਹੈ ਚਮਚਿਆਂ ਤੋਂ ਬਚੋ ਕਿਆ ਬਾਤ ਮੋਰੇ ਭਰਾ ਦੀ ਵੀਡੀਓ ਸ਼ੂਟ ਚੱਲ ਰਹੀ ਭਰਾ ਦੀ ਵੀ ਕਈ ਕਹਿੰਦਾ ਹੱਥ ਵਰੀ ਜਾ ਸਵਿਫਟ ਦੀ ਬਣ ਰਿਹਾ ਵੀਡੀਓ ਸ਼ੂਟ ਸਵਿਫਟ ਦਾ ਹੋ ਰਿਹਾ ਕਿਆ ਵੀਡੀਓ ਸ਼ੂਟ ਕੀਤਾ ਬਾਈ ਕਿਆ ਬਾਤ ਉਹ ਵੀ ਨਵਜੋਤ ਬਾਈ ਵਧੀਆ ਲੱਗੇ ਆਹ ਗੋਰੀ ਵੀਰਾ ਬਣਨਾ ਦੇ ਕੇ ਗਿਆ ਪਤਾ ਨੀ ਕਿੰਨਾ ਚਿਰ ਹੋ ਗਿਆ ਕਿੰਨੇ ਮਹੀਨੇ ਹੋ ਗਏ ਨਾ ਬਣ ਕੇ ਭਾਜੀ ਕਹਿੰਦਾ ਤੁਸੀਂ ਭੁੱਲ ਹੀ ਗਏ ਘਰੇ ਇੱਕੋ ਇੱਕੋ ਆ ਦੋਨੀ ਪਾਸੇ ਯਾਰ ਦੋ ਦੋ ਆ ਡਬਲ ਆ ਨਾ ਬ੍ਰੋ ਨਹੀਂ ਨਹੀਂ ਦੋਨੀ ਪਾਸੇ ਆ ਤਾਂ ਡਬਲ ਆ ਗੱਡੀ ਚ ਲੰਘਣ ਨੂੰ ਘੈਂਟ ਲੱਗਦੇ ਆ ਕਿਆ ਬਾਤ ਹੈ ਕਿਆ ਬਾਤ ਹੈ ਇੱਕ ਪੰਗਾ ਪੈ ਗਿਆ ਆ ਇੱਥੇ ਲੱਗੀ ਆ ਲਾਭ ਬੇਬੇ ਬੇਬੇ ਬਾਪੂ ਹੈ ਨਾ ਚਲੋ ਯਾਰ ਧਿਆਨ ਨਾਲ ਨਾ ਤੂੰ ਗੱਡੀ ਚਲਾ ਨਾ ਮੈਂ ਗੱਲਾਂ ਕਰ ਲਾ ਬਹੁਤ ਤੇਜ਼ ਆਉਣ ਡਿਆ ਤੇ ਆਹ ਲੱਗ ਗਿਆ ਲੋਗੋ ਆਪਣਾ ਤੇ ਆਹ ਕਦੀ ਲਾ ਨਹੀਂ ਸਕਦੇ ਹਨਾ ਤੇ ਇਹ ਵੀ ਸੋਹਣਾ ਲੱਗਦਾ ਤੇ ਦੋ ਚੰਗੇ ਨਹੀਂ ਲੱਗਣੇ ਕੀ ਕੀਤਾ ਜਾਵੇ ਨਾ ਕੀ ਤੇਰੇ ਕੋਲ ਕੀ ਆਈਡੀਆ ਕੋਈ ਸਕੀਮ ਲਾਉਂਦੇ ਆ ਭਾਜੀ ਠੀਕ ਹੈ ਕੋਈ ਖਰੀ ਜੀ ਸਕੀਮ ਲਾਵਾਂਗੇ ਗੁਰੂਆਂ ਦੀ ਫੋਟੋ ਬਣ ਨਹੀਂ ਦਿੱਤੀ ਆ ਵੀਰੇ ਤੋਂ ਉਹ ਮੋਰੇ ਲੱਗ ਜੂਗੀ ਇੱਥੇ ਘੈਂਟ ਜੀ ਕਰਕੇ ਪਰ ਆਪਾਂ ਕੋਈ ਸਿੰਪਲ ਜਿਹਾ ਕਹਦਾ ਯਾਰ ਤੇਰਾ ਟੈਸਟ ਲੈਂਦਾ ਮੈਂ ਚੰਗਾ ਲੱਗਦਾ ਚਲੋ ਤੇਰਾ ਟੈਸਟ ਮੈਂ ਗੱਡੀ ਰਗੜਾਉਣੀ ਆ ਭਰਾਵਾ ਮੈਂ ਤਾਂ ਇਹ ਦੇਖਣਾ ਕਿੰਨੇ ਸਕਿੰਟਾਂ 'ਚ ਕੱਢਦਾ ਭਰਾਵਾ ਕੋਈ ਨਹੀਂ ਹੌਲੀ ਹੌਲੀ ਕੱਢ ਸਕਿੰਟ ਨਹੀਂ ਮੈਂ ਕਹਿੰਦੇ ਰੋਕ ਲਈ ਅੱਡੀਆਂ ਵੀ ਚੱਕ ਲਈਆਂ ਭਰਾਵਾ ਦੇਖ ਲਈ ਬਸ ਸਹੀ ਸਮਾਂ ਮੈਂ ਇੱਧਰੋਂ ਬਹੁਤ ਫਰਕ ਆ ਉੱਧਰ ਸ਼ੀਸ਼ਾ ਬੰਦ ਕਰਨਾ ਪੈਣਾ ਕਿ ਨਹੀਂ ਪੂਰੀ ਬਰਾਬਰ ਲੰਘਦੀ ਹੁੰਦੀ ਇੱਕ ਸਿੱਧਾ ਜਾਣ ਦੇ ਕੱਢ ਦੇ ਛੋਟੇ ਵੀਰ ਨਿਕਲ ਗਏ ਬਸ ਮੈਨੂੰ ਪਤਾ ਮੈਂ ਡਰਾਈਵਰ ਯਾਰ ਪਿੱਛੇ ਭੀੜ ਵੀ ਦੇਖਣਾ ਡਰਾਈਵਰ ਕਿੰਨੀ ਪਾਤੀ ਆ ਪਿੱਛੇ ਤੁਸੀਂ ਦੇਖ ਲਓ ਭੀੜ ਵੀ ਦੇਖੋ ਨਾ ਪਿੱਛੇ ਕਿੰਨੀ ਪਾਤੀ ਸਤਨਾਮ ਸ਼੍ਰੀ ਵਾਹਿਗੁਰੂ ਰੱਬ ਤੁਹਾਨੂੰ ਸਾਰਿਆਂ ਨੂੰ ਤਰੱਕੀ ਬਖਸ਼ੇ ਮੈਨੂੰ ਵੀ ਚੜ੍ਹਦੀ ਕਲਾ ਰੱਖੇ ਪਰਿਵਾਰ ਨੂੰ ਤੇ ਇਹ ਗੁਰੂ ਘਰ ਹੈਗਾ ਡਿਫੈਂਸ ਕਲੋਨੀ ਜਲੰਧਰ ਜਲੰਧਰ ਮਿੰਨੀ ਮੈਟਰੋ ਜਾ ਰਹੀ ਹੈ ਕਿ ਮਿੰਨੀ ਮੈਟਰੋ ਇਹ ਭੂੰਡ ਪਲਟਦੇ ਬਹੁਤ ਆ ਜਿਹੜੇ ਛੋਟੇ ਭੂੰਡ ਆ ਨਾ ਆ ਜਿਹੜੇ ਬੈਟਰੀਆਂ ਵਾਲੇ ਆ ਗਿਆ ਨਾ ਇੰਨਾ ਪਲਟਦੇ ਆ ਦੇ ਏਦਾਂ ਮਾੜੀ ਸਾਈਡ ਮਾਰ ਦੇ ਬੁੜੀਆਂ ਬਾਹਰ ਦੇ ਇੱਕ ਦਿਨ ਮੈਂ ਪਲਟਦਾ ਦੇਖਿਆ ਏਦਾਂ ਜਾਣ ਡਿਆ ਉਹਨੇ ਏਦਾਂ ਘੁਮਾਇਆ ਸਾਈਡ ਮਾਰੀ ਤਿੰਨ ਬੁੜੀਆਂ ਇੱਧਰ ਨੂੰ
ਚੰਗਾ ਨੀ ਸੀ ਲੱਗਦਾ ਫਿਰ ਲੋਕਾਂ ਨੇ ਕਹਿਣਾ ਲੈ ਦਾ ਯਾਰ ਤੂੰ ਆਂਟੀਆਂ ਚੱਕਣ ਦਾ ਵੀ ਬਲੌਗ ਬਣਾ ਤਾ ਚਲੋ ਜੀ ਇੱਥੋਂ ਰਾਹ ਪਤਾ ਤੁਹਾਨੂੰ ਹੁਣ ਤਾਂ ਤੁਹਾਨੂੰ ਸ਼ਹਿਰ ਤੁਹਾਨੂੰ ਇਹ ਭਾਜੀ ਇਹ ਵਾਲੀ ਸੜਕ ਮੇਨ ਆ ਨਾ ਇਹ ਸੜਕ ਤੇ ਮੈਂ ਘੁੰਮਦਾ ਫਿਰਦਾ ਰਹਿੰਦਾ ਆ ਕੋਈ ਇਤਨੀ ਖੁਸ਼ੀ ਬੜੇ ਖੁਸ਼ ਹੋ ਰਹੇ ਮੇਰੇ ਭਰਾ ਹੈਲੋ ਕੈਸੇ ਹੋ ਹੋਰ ਕੈਸੇ ਹੋ ਹੱਥ ਮਿਲਾ ਲਾ ਤੂੰ ਵੀ ਫੋਨ ਕੱਲਾ ਹੀ ਖੜਾ ਹੋਰ ਕਿੱਦਾਂ ਕਿੱਧਰੋਂ ਆਏ ਬੜਾ ਰੌਲਾ ਪਾਉਣ ਡਿਆ ਹੈ ਨਾ ਸਾਹ ਕਦੇ ਚੜ ਗਿਆ ਘਬਰਾ ਆ ਜਾਂਦਾ ਨਾ ਤੁਸੀਂ ਚੱਲੋ ਨੀ ਵੀਰੇ ਕੋਈ ਚੱਕਰ ਨੀ ਮੈਂ ਆ ਗਿਆ ਦੋ ਮਿੰਟਾਂ ਚ ਚਲੋ ਫੋਨ ਡਿਸਾਈਡ ਕਰ ਲਾ ਆਪਾਂ ਕਿਹੜੇ ਚ ਖਿੱਚਣੀ ਆ ਕਿਹੜੇ ਚ ਖਿੱਚਣੀ ਕੁਲਵਿੰਦਰ ਕੁਲਵਿੰਦਰ ਕੌਣ ਆ ਫਿਰ ਕਿਹਦੇ ਨੂੰ ਕਿਹਾ ਕੁਲਵਿੰਦਰ ਕਰੰਟ ਕਰੰਟ ਹੋਏ ਤੂੰ ਖਿੱਚ ਯਾਰ ਆਹ ਕੀ ਆ ਫਿਰ ਚਿਕਨ ਆ ਕਿਦਾਂ ਪਨੀਰ ਆ ਚਲੋ ਆ ਜਾ ਵੀਰੇ ਕਿਹੜੀ ਕਲਿੱਪ ਨਹੀਂ ਪਾਉਣੀ ਕੀ ਕਹਿੰਦੇ ਤੁਸੀਂ ਨਾਮ ਪੁੱਠੇ ਵਾਲੀ ਜੇ ਜੇ ਨਾਮ ਪੁੱਠੇ ਲਾਇਆ ਤੁਸੀਂ ਆਪ ਹੀ ਦੱਸਣ ਡੇ ਕੌਣ ਕਰੰਟ ਤੇ ਆ ਚਿੱਲੀ ਤੇ ਬਾਕੀ ਭੁੱਲ ਗਿਆ ਮੈਨੂੰ ਚਲੋ ਬਾਕੀ ਚੇਤਰ ਓਕੇ ਬ੍ਰੋ ਓਕੇ ਓਕੇ ਬਾਏ ਵੀਰੇ ਬਾਏ ਚਲੋ ਨਵਜੋਤ ਬਾਜਵਾ ਭਾਜੀ ਚਲੋ ਤੁਹਾਨੂੰ ਇੱਕ ਬੰਦੇ ਨਾਲ ਮਿਲਾਉਂਦੇ ਹਾਂ ਜੋ ਕਿ ਸਾਡੇ ਤੋਂ ਬਾਗੀ ਹੋ ਗਿਆ ਬ੍ਰੋ ਬਾਗੀ ਹੋ ਗਿਆ ਭਾਜੀ ਹਾਂ ਬਾਗੀ ਮਤਲਬ ਬਾਗੀ ਹਾਂ ਨਾ ਵੀ ਉਹਦਾ ਬਾਗੀ ਰੱਖਿਆ ਮੈਂ ਆਪਣਾ ਭਰਾ ਬਾਗੀ ਮਿਲਾਉਂਦੇ ਹਾਂ ਉਹ ਜਲੰਧਰ ਆਇਆ ਹੋਇਆ ਆ ਕੁਦਰਤੀ ਮੈਂ ਫੋਨ ਕਰ ਲਿਆ ਕਿ ਹਾਂ ਬਾਗੀ ਕਿੱਥੇ ਆ ਉਹਨੇ ਨੀ ਦੱਸਿਆ ਕਿ ਮੈਂ ਜਲੰਧਰ ਆ ਤੁਸੀਂ ਆਹ ਸੋਚ ਲਓ ਬਾਗੀ ਹੋਇਆ ਕਿ ਨਹੀਂ ਹੋਇਆ ਨਵ ਘੁੰਮ ਘੁੰਮਾ ਗਿਆ ਉੱਥੇ ਫਿਰੀ ਜਾਂਦੇ ਯਾਰ ਫਿਰ ਤੀਜਾ ਗੇੜਾ ਆ ਗਿਆ ਇੰਨਾ ਪਤਾ ਰਾਤ ਹੋ ਗਈ ਆ ਗੱਡੀ ਚ ਫਿਰਦੇ ਆ ਇੱਥੇ ਤੁਰ ਫਿਰ ਤੋਰ ਲਾ ਛੋਟੇ ਵੀਰੇ ਤੋਰ ਲਾ ਧਿਆਨ ਰੱਖਣਾ ਵੇਖੋ ਇਹੋ ਜਿਹਾ ਜੇ ਤੋਰਾਂ ਮੈਂ ਰਾਈਟ ਲੈ ਲੈਣਾ ਆਪਾਂ ਠੀਕ ਹੈ ਫਿਰ ਤੂੰ ਸਿੱਧਾ ਜਲੰਧਰੋਂ ਵੀ ਚੱਲੇ ਸੀ ਨਹੀਂ ਅੱਛਾ ਮਤਲਬ ਜੱਗੀ ਕਹਿੰਦੇ ਜਾਂਦਾ ਬਾਗੀ ਤੂੰ ਇੰਨਾ ਸੰਗ ਗਿਆ ਯਾਰ ਮੈਂ ਤੈਨੂੰ ਪਤਾ ਸ਼ੁਰੂ ਤੋਂ ਹੀ ਯਾਰ ਦੇਖਣਾ ਭਾਵਾਂ ਭਾਵਾਂ ਬੰਦੇ ਜਿੰਨੇ ਮਰਜ਼ੀ ਬੰਦ ਕਰ ਲੱਗਾ ਨਹੀਂ 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 ਬੰਦੇ ਜਿੰਨੇ ਮਰਜ਼ੀ ਖੜੇ ਗੱਡੀ ਭਰਾ ਦੇਣ ਦੇ ਅੱਛਾ ਫਿਰ ਗੱਡੀ ਨਾਲ ਹੈਲੋ ਵੀਰੇ ਐਡਾ ਕਰ ਯਾਰ ਤੂੰ ਨਵਨੀਤ ਤੇ ਕਰਾਰੀ ਡਾਲੀ ਹੋਰ ਵੀਰੇ ਕਿਤੇ ਨਹੀਂ ਦੇਣੀ ਮੈਂ ਲਓ ਜੀ ਲਓ ਬਈ ਬਾਗੀ ਨੂੰ ਮੈਂ ਲਾਏ ਸੀਗੇ ਤੇ ਇੱਧਰ ਕੰਮ ਹੋਰ ਚੱਲ ਰਿਹਾ ਬਾਗੀ ਸਾਹਿਬ ਹੁਣਾਂ ਨੇ ਤਾਂ ਫਾਰਚੂਨਰ ਨੂੰ ਹੱਥ ਪਾਏ ਹੋਏ ਆ ਬਸ ਆ ਗਈ ਲਓ ਚਲ ਪਿੱਛੇ ਪਸੰਦ ਕਰਨੀ ਤਾਂ ਤੂੰ ਆ ਨਾ ਗੱਡੀ ਸੋਹਣੀ ਅੰਦਰੋਂ ਵੀ ਭਾਜੀ ਬਹੁਤ ਘੈਂਟ ਆ ਬਸ ਪਤਾ ਕੀ ਆ ਟੋਇਟਾ ਤੈਨੂੰ ਪਤਾ ਹੀ ਟਰਸਟ ਟੋਇਟਾ ਪਰ ਇੰਨਾ ਆ ਕਿ ਇਹ ਗਰਾਰੀ ਇਹਨਾਂ ਦੀ ਇਹ ਫੀਚਰ ਨਹੀਂ ਪਾਉਂਦੇ ਸਹੀ ਗੱਲ ਆ ਭਾਜੀ ਬਸ ਕਿ ਸਾਡੀ ਬੈਗਦੀ ਆ ਤੇ ਬੈਗਦੀ ਆ ਇਹ ਵੀ ਲਾ ਲਓ ਵੀ ਜਿੱਦਾਂ ਆਈਫੋਨ ਆ ਉਦਾਂ ਹੀ ਫੋਰਚੂਨਰ ਆ ਇਦਾਂ ਹੀ ਬਸ ਬਸ ਜੇ ਨਵੀਂ ਹੈ ਕਿ ਭਾਂ ਜਿੰਨੀ ਮਰਜ਼ੀ ਮਹਿੰਗੀ ਵਿੱਚ ਕੱਖ ਨਾ ਹੋਏ ਲੈਣੀ ਆ ਜਨਤਾ ਨੇ ਇਹ ਚੱਕਰ ਆ ਇੰਜਣ 5 ਲੱਖ ਤੇ ਵੀ ਕਿਤੇ ਨਹੀਂ ਜਾਂਦਾ ਉਹ ਵੀ ਗੱਲ ਹੈ ਪਰ ਇਹ ਆ ਗੱਲ ਵਾਕੇ ਹੈਗੀ ਕੀ ਬਾਤ ਪਿਕਅਪ ਵਧੀਆ
ਬਾਹਰੋਂ ਪੂਰੀ ਫੇਸ ਲਿਫਟ ਆ, ਅੰਦਰੋਂ ਫਰਕ ਆਇਆ ਨਾ, ਪਿੱਛੇ ਆ ਜਾ, ਆਇਆ ਭਾਜੀ ਬਸ ਆ ਵੇਖਣਾ ਕਿ ਅੰਦਰ ਆਵਾਜ਼ ਤੇ ਨਹੀਂ ਆਉਂਦੀ ਗੱਡੀ ਦੀ, ਕਿੰਨੀ ਕੁ ਆਵਾਜ਼ 17 ਤੇ ਰਜਿਸਟਰਡ ਹੋਈ ਹੈ ਚੰਡੀਗੜ੍ਹ ਹੀ ਨੰਬਰ, ਠੀਕ ਹੈ ਜੀ, ਗੱਡੀ ਉਹ 1 ਕਰੋੜ 15 ਲੱਖ ਰੁਪਇਆ ਮੰਗਦਾ ਡੀਲਰ, ਉਹ ਤਾਂ ਬੱਕੀ ਮੰਗ ਪੇ ਦਈ ਹੈ ਭਾਜੀ, 1 ਕਰੋੜ ਕਈ ਇਹ ਤਾਂ ਆਪਾਂ ਚਲਾਉਨੇ ਆ ਨਾ, ਇਹ ਜਹਾਜ਼ ਜਿਹਾ ਲੱਗਦਾ ਆ, ਪਰ ਇੰਨਾ ਕਿ ਅੱਗੋਂ ਦਾ ਬਸ ਬੋਨਟ ਦੇਖਿਓ, ਅੱਗੋਂ ਦਾ 2009 ਵੀ ਨਾ, ਇਹ ਮਤਲਬ ਕਹਿਣ ਤੋਂ ਭਾਵ ਕੋਈ ਆਵਾਜ਼ ਨਹੀਂ, ਕੋਈ ਵਾਸਤਾ ਨਹੀਂ ਆਉਣੀ ਵਿੱਚ, ਐਨ ਮੈਂ ਬਾਰੀ ਬੰਦ ਕਰਕੇ ਵੇਖਿਓ ਬੜਾ, ਏਸੀ ਬੰਦ ਕਰਕੇ ਬੜਾ, ਇੰਜਨ ਦੀ ਨੋਇਸ ਕਿੰਨੀ ਹੈ, ਮੈਨੂੰ ਬਟਨ ਨਹੀਂ ਲੱਭਿਆ, ਮੈਂ ਦੇਖਦਾ ਹੋਇਆ ਮੇਰੇ ਅੰਦਰ ਹੀ ਕੱਟ, ਵੀਰੇ ਤੁਸੀਂ ਪਿੱਛੇ ਹੀ ਆ ਜਾਓ ਇੱਧਰ ਨਾਲ ਹੀ, ਹਾਂ ਟੈਂਪਰੇਚਰ ਦਾ ਆ ਹੋਣਾ ਵੀਰੇ, ਟੈਂਪਰੇਚਰ ਨਹੀਂ ਹੈ ਨਹੀਂ ਵੀਰੇ, ਟੈਂਪਰੇਚਰ ਦਾ ਕੰਟਰੋਲ ਆ ਹੋਇਆ ਵੀਰੇ, ਨਹੀਂ ਵਿੰਡ ਕੰਟਰੋਲ ਹੈ ਜੀ, ਚਲੋ ਉਹ ਵੀ ਹੋ ਗਿਆ, ਸਟਾਰਟ ਖੜੀ ਆ, ਪਤਾ ਨਹੀਂ ਲੱਗਣ ਡਿਆ, ਬਾਰੀ ਬੰਦ ਕਰਕੇ ਹੋਰ ਘੱਟ ਜਾਣੀ ਆ, ਬਸ ਵੀਰੇ ਇਹ ਤਾਂ ਆਪਾਂ ਨੂੰ ਚਾਹੀਦੀ ਹੈ, ਆਪਾਂ ਮਾੜਾ ਮਾਡਲ ਉੱਪਰਲਾ ਹੋ ਜਾਵੇ, ਚੇਂਜ ਕਰਾ ਦਿਓ, ਕਿੱਧਰ ਗਿਆ ਵੀਰਾ ਯਾਰ ਆਹ ਗੱਡੀ ਵੱਲ ਦੇਖ ਕੇ ਨਾ ਮੇਰਾ ਮਨ, ਜਦੋਂ ਮੈਂ ਜਦੋਂ ਵੀ ਦੇਖਦਾ ਇਹਨੂੰ ਮੇਰਾ ਮਨ ਹਿੱਲ ਜਾਂਦਾ ਆ, ਕੀ ਕਰਾਂ, ਇਹੀ ਬਸ ਇੱਛਾ, ਦੇਖ ਲਓ ਅੱਜ ਗੱਲ ਕੀਤੀ ਸੀ, ਅੱਜ ਕੁਦਰਤੀ ਬਾਗੀ ਗੱਡੀ ਲੈਣ ਆਇਆ ਸੀ ਯਾਰ, ਤੇਰਾ ਨਾਂ ਮੇਰੀ ਗੱਲ ਸੁਣ ਬਹੁਤ ਪਿਆਰ ਨਾਲ ਰੱਖੇ ਬਾਗੀ ਗੱਲ ਸੁਣ, ਇਹਦਾ ਮਤਲਬ ਇਹ ਨਹੀਂ ਕਿ ਬਾਗੀ ਹੋ ਜਾਣਾ, ਬਾਗੀ ਹੋਇਆ ਮੈਂ ਫੋਨ ਮਾਰਿਆ ਭਾਜੀ ਗੱਡੀ ਲੈਣੀ ਚੈੱਕ ਕਰ ਤੈਨੂੰ, ਕਦੋਂ ਕਦੋਂ ਓਏ ਝੂਠਿਆ, ਮੈਂ ਦੱਸਦਾ ਆ ਤੂੰ ਗੱਡੀ ਲੈ, ਗੱਡੀ ਲੈਣਾ ਹੈ ਜਲੰਧਰ, ਗੱਡੀ ਲੈਣਾ ਹੈ ਜਲੰਧਰ, ਭਾਵੇਂ ਤੂੰ ਸਕੋਰਪੀਓ ਦਾ, ਸਕੋਰਪੀਓ ਦਾ ਫੋਰਚੂਨਰ ਤੇ ਆਇਆ, ਫੋਰਚੂਨਰ ਤੋਂ ਲੈ, ਉਹ ਵੀ ਆਇਆ, ਚੱਲ ਠੀਕ ਹੈ, ਤੂੰ ਆ ਵੀ ਕਿਹਾ, ਤੂੰ ਦੱਸਿਆ ਜਲੰਧਰ ਆਇਆ ਲੈਣੀ, ਆਪਾਂ ਫੋਰਚੂਨਰ ਸਾਲਾ, ਗੱਲ ਡਿਗਣ ਨਹੀਂ ਦਿੰਦਾ, ਤੂੰ ਕਿਹਾ ਵੀ ਭਾਜੀ ਗੱਲ ਨਹੀਂ, ਤੂੰ ਭਰਾ ਦੇਖ ਲਾ 2-4 ਦਿਨ ਹੈ, ਮੰਨਿਆ 4 ਗਾਣੇ ਆ ਗਏ, ਪਰ ਇਦਾਂ ਥੋੜਾ ਕਰੀਦਾ ਕਿ ਦੱਸਣਾ ਨਹੀਂ ਭਰਾ, ਮੈਂ ਪਾ ਦਿੰਦਾ 2-4 ਰੱਖ, ਤੂੰ ਇਹ ਵੀ ਗੱਲ ਕਹੀ, ਚੱਜ ਨਹੀਂ ਮੈਂ ਦੇਖਣਾ ਗੱਲਾਂ ਸਾਰੀਆਂ ਹੋਈਆਂ, ਮਾਨ ਉਹਨਾਂ ਬੰਦਿਆਂ ਨੂੰ ਪੁੱਛ ਲੈ ਮੈਂ ਕੀ ਕਿਹਾ ਸੀ ਹੁੰਦੇ, ਯਾਰ ਪਹਿਲਾਂ ਤੂੰ ਫੋਨ ਕੀਤਾ ਕਿ ਮੈਂ ਜਲੰਧਰ ਆ, ਮੈਂ ਕੀਤਾ ਸੀ ਸਾਲਿਆ, ਆ ਚੈੱਕ ਕਰ ਆਪਣੀ ਕਾਲ ਲਿਸਟ, ਗੁੱਸਾ ਨਾ ਚੜਾਇਆ ਯਾਰ, ਕੀਤਾ ਸੀ, ਚੱਲ ਠੀਕ ਹੈ, ਅੱਖਾਂ ਨੂੰ ਕੀ ਹੋਇਆ ਯਾਰ ਤੇਰੀਆਂ ਨੂੰ, ਅੱਖਾਂ ਯਾਰ ਤੂੰ ਵਿਗੜ ਗਿਆ ਲੱਗਦਾ, ਵਿਗੜ ਬੜਾ ਗਿਆ, ਗਾਲਾਂ ਨਾ ਕੱਢਿਆ ਕਰ ਕਲਾਕਾਰਾਂ ਤੋਂ ਅੱਜ, ਬਾਗੀ ਦੀ ਚੜਾਈ ਦੇ ਕਿੰਨੀ, ਫੋਨ ਲਾਉਣ ਨੂੰ ਅਲੱਗ ਬੰਦਾ, ਚੱਕਣ ਨੂੰ ਅਲੱਗ ਬੰਦਾ, ਰੱਖੇ ਰਾਹ ਕਿਹੜੀ ਗੱਲ ਬਾਗੀ, ਮੇਰੇ ਫੋਨ ਤਾਂ ਆਪ ਚੱਕ ਲਿਆ ਕਰ, ਕਾਹਨੂੰ ਫੁਕਰਾ ਹੋਈ ਜਾਂਦਾ ਬ੍ਰੋ, ਯਾਰ ਤੂੰ ਸਿੰਗਰ ਹੈ, ਮੈਂ ਬਹੁਤ ਤਕੜਾ ਸਿੰਗਰ ਹੈ ਮੈਨੂੰ ਪਤਾ ਆ, ਪਰ ਇਹ ਜਲੰਧਰ ਆ ਸਾਲਿਆ, ਕੀ ਤੂੰ ਬਣ ਤੋਂ ਕੀ ਆਪਣੇ ਜਦੋਂ ਤੂੰ, ਚੱਲ ਰੱਬ ਤੈਨੂੰ ਹੋਰ ਤਰੱਕੀਆਂ ਬਖਸ਼ੇ, ਮੈਂ ਤੈਨੂੰ ਚੱਲ ਤੈਨੂੰ ਕੀ ਪੁੱਛਣਾ ਘਰੇ ਆਉਣਾ, ਤੈਨੂੰ ਤੂੰ ਆਉਣਾ ਹੁੰਦਾ ਸਿੱਧਾ ਬੰਦਾ ਆ ਜਾਂਦਾ ਹੁੰਦਾ, ਜਿਹੜੇ ਬੰਦਾ ਆਇਆ ਨਹੀਂ ਉਹਨੂੰ ਦੁਬਾਰਾ ਪੁੱਛਣਾ ਹੀ, ਇੱਕ ਗੱਡੀ ਉੱਥੇ ਪਟਾ, ਮੈਨੂੰ ਤਾਂ ਇਹ ਹਾਸਾ ਆਉਂਦਾ, ਇਹ ਬਾਗੀ ਉਹ ਆ ਜਿਹੜਾ ਬਲੌਕ 'ਚ ਐਨ ਬੋਲਦਾ ਹੁੰਦਾ ਜੀ, ਅੱਜ ਬੋਲਣ 'ਚ ਇਹਨੂੰ ਜਿੱਦਾਂ ਕਿ ਇਹਦੇ ਲਫ਼ਜ਼ ਘੁੱਟਤੇ ਹੁੰਦੇ ਨਾ, ਕਿ ਇਹਨੇ ਕਿ ਹਾਂ ਵੀ ਕਿਤੇ ਜੇ ਕੈਮਰੇ ਮੂਹਰੇ ਆਉਣਾ ਤਾਂ ਬੋਲ ਕੇ, ਹਾਂ ਲਫ਼ਜ਼ ਬੋਲ ਕੇ ਤਾਂ ਪੈਸੇ ਲੱਗੇ ਬੋਲਣ, ਥੋੜਾ ਜਿਹਾ ਨਾ ਰਿਆਤ ਚੀਜ਼ ਮਿਲ ਜੇ, ਮਤਲਬ ਸਸਤੀ ਮਿਲ ਜੇ, ਉਹ ਰੇਟ ਬੜਾ ਵੀ ਮੈਨੂੰ ਮਾੜਾ, ਉਹ ਨਹੀਂ ਗੱਲਾਂ ਪਹਿਲਾਂ ਕਹਿਣ ਲੱਗੇ ਮੈਂ ਬੋਲਦਾ ਵੀ ਪੈਸਿਆਂ ਲਈ ਅੱਜ ਕੱਲ੍ਹ, ਫਿਰ ਮੈਂ ਕੱਢਣ ਲੱਗਾ ਇੱਥੇ ਹੀ, ਬਲਾ ਤਾਂ ਹੀ ਫਿਰ ਲੈਣਾ ਹੀ ਸੀ, ਵੇਲਾ ਤੂੰ ਉਹਦੇ ਲਈ ਬੋਲਦਾ, ਭਰਾ ਸਹੀ ਆ ਕੱਢ ਲੈਣੇ, ਅੱਛਾ ਭਰਾਵਾਂ 'ਚ ਵੀ ਇੱਦਾਂ ਬੋਲਦਾ, ਗੋਡ ਆ ਭਰਾ ਸਾਰੇ ਉੱਧਰੋਂ ਹੀ ਆ, ਆ ਜੱਗਾ ਵੀਰਾ ਅੱਗੇ ਮਿਲਿਆ ਬਹੁਤ ਪਿਆਰ ਨਾਲ ਮਿਲਿਆ, ਅੱਜ ਬਾਗੀ ਦੇ ਨਾਲ ਰਹਿਣਾ ਪੈ ਵੀ ਬੁਲਾਉਣ ਹੋ ਗਿਆ, ਵਾਹ ਏ ਵਾਹ ਚੰਦਰ ਆ, ਅੱਛਾ ਥੈਂਕ ਯੂ, ਚੱਲ ਰੱਬ ਚੜ੍ਹਦੇ, ਹੁਣ ਜਾਣਾ ਕਿੱਧਰ ਨੂੰ ਆ, ਮੈਂ ਹੁਣ ਪਿੰਡ ਨੂੰ ਚੱਲਿਆ, ਠੀਕ ਹੈ ਚੱਲ ਫੇਰ ਧਿਆਨ ਨਾਲ ਜਾ ਮੇਰਾ, ਤੂੰ ਵੇਟ ਕਰ 15-20 ਦਿਨਾਂ ਤੱਕ ਮੈਂ ਵੀ ਆਇਆ ਲੈ, ਆ ਗਿਆ ਇੱਕ ਤਾਰ, ਜਿੱਦਾਂ ਬਾਗੀ ਆਪਣਾ ਭਰਾ ਅੱਗੇ ਜਿਹਦੇ ਨੇ ਬਲੌਗ ਚ ਆਉਣਾ ਬੋਲਦੇ ਰਹਿਣਾ ਅੱਜ ਕੈਮਰੇ ਐਨ ਘੁੱਟ ਘੁੱਟ ਕੇ ਬੋਲ ਰਹੇ, ਸਿੰਗਰ ਬਣ ਗਿਆ ਨਾ, ਆਪਣਾ ਗਾਣਾ ਆਪਾਂ ਪਾਇਆ ਸੀਗਾ ਇੱਕ, ਕਿਹੜਾ ਗਾਣਾ ਸੀ ਜਿਹੜਾ ਗੱਡੀ 'ਚ ਬਹਿ ਕੇ ਮੈਂ ਵਾਇਰਲ ਕਰਤਾ ਸੀ, ਉਹ ਜੈਲਸੀ, ਜੈਲਸੀ ਗਾਣਾ ਨਹੀਂ ਸੀ ਕਿ ਲੰਘੇ ਵੀ ਤਾਂ ਲੰਘੇ ਲੱਤਾਂ ਦਾਣੀ, ਉਹ ਵਾਇਰਲ ਹੋਇਆ ਅਤੇ ਬਾਗੀ ਭਰਾ ਦਾ ਨਾਂ ਹੋਇਆ ਅਤੇ ਹੋਰ ਨਾਂ ਹੁੰਦਾ ਗਿਆ, ਪਰ
ਕਿੱਦਾਂ ਫਿਰ ਤੈਨੂੰ ਕੀ ਲੱਗਾ ਬਾਗੀ ਨੂੰ ਮਿਲ ਕੇ? ਛੱਡੋ, ਵਧੀਆ ਜੀ ਭਰਾ ਜੀ, ਏਡਾ ਵਧੀਆ ਹੁੰਦਾ ਜੀ, ਬਹੁਤ ਵਧੀਆ ਵਧੀਆ ਉਹਦਾ ਸਿੱਧਾ ਜਾਣਾ ਉਹਨਾਂ ਦਾ ਜਾਂਦੀ, ਪਰ ਇਦਾਂ ਆ ਐਤਕੀ ਸਹੀ ਫੀਲ ਨਹੀਂ ਆ, ਆਪਾਂ ਝੂਠ ਨਹੀਂ ਬੋਲਦੇ ਹੁੰਦੇ, ਮੈਂ ਨਾ ਮੈਂ ਜੋ ਆਪਣਾ ਫਰਜ ਸੀਗਾ ਜਲੰਧਰ ਆਏ ਸੀ ਮਿਲਣਾ, ਠੀਕ ਆ, ਤੇ ਬਾਕੀ ਬੜੇ ਭਰਾ ਕਹਿੰਦੇ ਸੀ ਬਾਗੀ ਕਿੱਥੇ ਆ, ਬਾਗੀ ਬਾਗੀ ਨਾਲ ਮਿਲਾ ਤਾ ਬਰੋ, ਅੱਜ ਬੋਲਦਾ ਬਹੁਤ ਘੱਟ ਸੀ, ਨਹੀਂ ਤਾਂ ਇਹ ਹਾਸੇ ਹੁੱਸੇ ਖੇਡੀ ਕਰਦਾ ਰਹਿੰਦਾ ਨਾ, ਹਾਸੇ ਬਲੌਗ ਚ ਬਹੁਤ ਪਾਉਂਦਾ ਹੈ, ਅੱਜ ਤਾਂ ਬੋਲ ਬੜੇ ਜਿੱਦਾਂ ਕਿਸੇ ਨੇ ਸਮਝਾਇਆ ਹੁੰਦਾ ਕਿ ਕਿਤੇ ਜਾ ਕੇ ਬੋਲਣਾ ਨੀ, ਕਿਤੇ ਜਾ ਕੇ ਬੰਦਾ ਬੋਲੇ ਨਾ ਬੋਲੇ, ਜਿੱਥੇ ਭਰਾ ਆਇਆ ਜਿੱਥੋਂ ਤੂੰ ਸਟੈਂਡ, ਆਪਾਂ ਸਟੈਂਡ ਹੁੰਦੇ ਜਿੱਥੋਂ ਆਪਾਂ, ਜਿੱਥੋਂ ਆਪਣਾ ਕਹਿਣ ਤੋਂ ਭਾਵ ਆਪਣਾ ਬਣਿਆ ਨਾਮ, ਹਨਾ, ਉੱਥੇ ਜਾ ਕੇ ਤਾਂ ਬੰਦਾ ਦਿਲ ਖੋਲ ਕੇ ਬੋਲੇ। ਸਹੀ ਗੱਲ ਆ, ਆਪਾਂ ਵੀ ਭਰਾ, ਕੋਈ ਨਾ ਇਹ ਜੱਟ ਕਰ ਗਿਆ ਫੀਲ, ਕੋਈ ਚੱਕਰ ਨੀ, ਚੱਲ ਨਵ ਜਾਣਦੀ ਆ ਭਾਈ ਗੱਡੀ, ਹੁਣ ਇੱਧਰ ਜਲੰਧਰ ਚੱਲ, ਮੋਹਾਲੀ ਜਲਦੀ ਚੱਲਾਂਗੇ, ਟੈਨਸ਼ਨ ਨਾ ਲੈ, ਲਾਇਆ ਹੋਇਆ ਰੇਸ ਚ ਘੋੜਾ ਇੱਕ ਹੋਰ ਕਿ ਨਹੀਂ ਚੱਲੇਗਾ ਵੀ, ਗੱਡੀ ਚ ਹੀ ਗਾਣਾ ਲਾ ਕੇ ਵਾਇਰਲ ਕਰਨਾ, ਕਿਹੜੀ ਗੱਲ ਕਰਦੇ ਆ, ਓਦਾਂ ਵਾਹਿਗੁਰੂ ਦੀ ਮਿਹਰ ਨਾ ਇੰਨਾ ਕੁ ਤਾਂ ਹੈਗਾ, ਤੋਰੀ ਰੱਖ ਨਵ, ਵਾਹਿਗੁਰੂ ਦੀ ਮਿਹਰ ਨਾ ਇੰਨਾ ਕੁ ਤਾਂ ਰੱਬ ਦੀ ਮਿਹਰ ਆ, ਗੱਡੀ ਚ ਗਾਣਾ ਲਾ ਕੇ ਵਾਇਰਲ ਕਰ ਦੇਈਦਾ, ਕਿਉਂਕਿ ਮੈਂ ਗਾਣੇ ਪਾਉਣਾ ਨੀ, ਠੀਕ ਹੈ ਜੀ, ਜੇ ਗਾਣਾ ਵਧੀਆ ਹੋਵੇ ਉਹ ਗੱਡੀ 'ਚ ਲਾ ਕੇ ਵੀ ਵਾਇਰਲ ਹੋ ਜਾਣ, ਬਾਗੀ ਦਾ ਗਾਣਾ ਘੈਂਟ ਸੀਗਾ ਉਹ ਗੱਡੀ 'ਚ ਲਾਇਆ ਵਾਇਰਲ ਹੋ ਗਿਆ, ਹੁਣ ਗਾਣੇ ਜਿਹੜੇ ਆਉਣੇ ਆ ਉਹ ਵੀ ਚਲੋ, ਉਹ ਤਾਂ ਹੁਣ ਪ੍ਰੋਪਰ ਵੀਡੀਓ ਕਰਾਂ, ਉਹ ਤਾਂ ਕਹਿਣ ਤੋਂ ਭਾਵ ਜੇ ਵਾਇਰਲ ਕਰਨਾ ਹੋਵੇ ਨਾ ਰੀਲਾਂ ਜਿਹੜੀ, ਜਿੱਦਾਂ ਆਪਾਂ ਗੱਡੀ 'ਚ ਲਾ ਲਿਆ ਗਾਣਾ, ਪਹਿਰਾ ਬਹੁਤ ਘੈਂਟ ਆ, ਅਤੇ ਉਹ ਲੋਕਾਂ ਨੇ ਰੀਲਾਂ ਬਣਾਉਣ ਲੱਗ ਪੈਣਾ, ਆਪੇ ਵਾਇਰਲ ਹੋ ਗਿਆ, ਇੰਨਾ ਕੁ ਤਾਂ ਰੱਬ ਨੇ ਬਖਸ਼ਿਆ ਗੱਡੀ 'ਚ ਲਾ ਕੇ ਗਾਣਾ ਵਾਇਰਲ ਹੋ ਜਾਂਦਾ, ਤਾਂਹੀਓ ਮੈਂ ਗਾਣੇ 'ਤੇ ਕਦੀ ਰੀਲ ਨਹੀਂ ਪਾਈ, ਕਿਉਂਕਿ ਲੋਕ ਮੈਨੂੰ ਬਹੁਤ ਕਹਿੰਦੇ ਕਿ ਭਾਅ ਜੀ ਆਪਣਾ ਗਾਣਾ ਆਉਣਾ, ਰੀਲ ਪਾਇਓ ਰੀਲ ਪਾਇਓ, ਮੈਂ ਕਹਿ ਦਿੰਦਾ ਵੀਰੇ ਮੈਂ ਰੀਲ ਨਹੀਂ ਪਾਉਣਾ, ਮੈਂ ਪੇਡ ਪ੍ਰਮੋਸ਼ਨ ਨਹੀਂ ਕਰਦਾ, ਮੈਂ ਆਪਣਾ ਨਾ ਕਰਦਾ ਮੰਨਣਾ ਹੀ, ਅਤੇ ਪਰ ਅੱਜ ਫੀਲਿੰਗ ਨੋਟ ਗੁੱਡ ਬਰੋ, ਜਿੱਥੇ ਜਾਏਗੀ ਵੱਜੇਗੀ ਸਾਡੇ ਵਾਲੀ, ਪੱਕੀ ਮੋਹਰ ਲਾ ਤੀ ਜੱਟ ਨੇ, ਸੱਚੀ ਗੱਲ ਆ, ਬਾਕੀ ਗੱਲਾਂ ਛੱਡੋ ਜੀ, ਘੁੰਮਦੇ ਘੁੰਮਾਉਂਦੇ ਪਹਿਲਵਾਨ ਨੂੰ ਮੋੜ ਨਾਲ, ਘੁੰਮਦੇ ਘੁੰਮਾਉਂਦੇ ਪਹੁੰਚ ਗਏ ਆ ਪਿੰਡ ਫੁੱਲੜੀ ਵਾਲ, ਪਿੰਡ ਫੁੱਲੜੀ ਵਾਲ ਤੈਨੂੰ ਪਤਾ ਨਾ ਕੀ ਫੁੱਲੜੀ ਵਾਲ ਦੀ ਇਹ ਪਹਿਚਾਣ ਪੜਿਆ ਨਹੀਂ? ਹਾਂਜੀ, ਪਿੰਡ ਫੁੱਲੜੀ ਵਾਲ ਕਹਿੰਦੇ ਜਲੰਧਰ ਜ਼ਿਲ੍ਹੇ ਦੀ ਕਰੀਮ ਆ, ਫੁੱਲੜੀ ਵਾਲ ਦੀ ਕਹਿੰਦੇ ਇਹ ਪਹਿਚਾਣ ਕੇ ਪੜਿਆ ਲਿਖਿਆ ਹਰ ਇਨਸਾਨ, ਨਸ਼ੇ ਪੱਤੇ ਤੋਂ ਰਹਿਤ ਇਲਾਕਾ, ਪਹਿਲਾਂ ਤੂੰ ਧਿਆਨ ਨਾ ਚਲਾ, ਤੂੰ ਗੱਡੀ ਨਹੀਂ ਮੋੜੀ ਜਾਂਦੀ ਭਾਜੀ, ਆਪਾਂ ਵੀ ਦੇਖਣੇ ਨੇ, ਤੂੰ ਵੀ ਮੇਰੇ ਹਾਣੀਆਂ, ਸਾਡੇ ਪਿੰਡ ਮੇਲਾ ਲੱਗਦਾ, ਅੱਡੀਆਂ ਚੱਕ ਚੱਕ ਕਦੇ ਦੇਖਦਾ, ਅੱਡੀਆਂ ਨਹੀਂ ਭਾਜੀ, ਥੋੜੀ ਜਿਹੀ ਉਧਰੋਂ ਸਹੀ ਹੋ ਗਈ, ਉਹ ਯਾਰ ਜਾਣ ਦੇ ਨਾ, ਕਿੱਦਣ ਜਾਏਗਾ, ਲੈ ਲਾ ਤੇ ਤੋਂ ਨਹੀਂ ਨਿਕਲਣੀ ਪਹਿਲੀ ਯਾਰ, ਰੇ ਬੈਕ ਕਰੇਗਾ ਨਹੀਂ ਕਰੇਗਾ, ਗੱਡੀ ਨੇ ਚੀਕਾਂ ਇੰਨੀਆਂ ਮਾਰਦੇ ਡਰ ਗਿਆ, ਮੂੰਹ ਦੇਖ ਲਿਆ, ਬਸ ਸਿੱਧੀ ਜਾਣ ਦੇ ਯਾਰ, ਨਾਲੇ ਉਧਰ ਬਹੁਤ ਜਗ੍ਹਾ ਆ, ਬਸ ਟਾਇਰ ਵੱਜਣਾ ਪਰੇ, ਬੈਕ ਕਰਨੀ ਪੈਣੀ ਬਰੋ, ਕਿੱਦਾਂ ਕੱਟ ਦੇਗਾ ਟਾਇਰ, ਕਹਿ ਗਿਆ ਥੱਲੇ ਦੇ, ਕਹਿ ਗਿਆ ਪਿਛ ਉੱਧਰ ਪਿਛਲਾ ਕਹਿ ਗਿਆ ਜੀ ਬਰੋ, ਤਾਂ ਵੀ ਕੱਟਤੀ ਹੈ, ਆਹ ਤਾਂ ਧੱਕਾ ਹੋਇਆ ਸਕੋਰਪੀਓ ਨਾ ਕਰਾਂਗੇ ਤੈਨੂੰ, ਬਹੁਤ ਦਿਨ ਹੋ ਗਿਆ ਜੀ, ਰੋਕ ਲਾ ਗੱਡੀ ਯਾਰ, ਇਸ਼ਤੀਰ ਲਗਾਉਣਾ ਮਨਾ, ਇਹ ਮੈਂ ਨਹੀਂ ਕਹਿੰਦਾ, ਸਾਡੀ ਤਾਈ ਕਹਿੰਦੀ ਆ, ਉਹਨਾਂ ਨੇ ਇੰਨੇ ਗੁੱਸੇ ਨਾਲ ਲਿਖਾ ਤਾ ਜੀ ਨਾ ਇਹ ਸ਼ਬਦ, ਕਿਉਂਕਿ ਉਹ ਮੈਸਤਰੀ ਵੀ ਭੁੱਲ ਗਿਆ ਲਿਖ ਕੇ ਕਿ ਮੈਂ ਲਿਖ ਕੇ ਬੈਠਾ, ਉਹ ਤਾਂ ਹੁਣ ਦੁਬਾਰਾ ਨਹੀਂ ਲਿਖਿਆ ਗਿਆ, ਸਹੀ ਗੱਲ ਹੈ, ਤਾਈ ਤਾਂ ਕਹਿੰਦੀ ਇਹਦੀਆਂ ਬਾਹਾਂ ਵੱਢਦਾ ਦੁਬਾਰਾ ਲੈ ਕੇ ਨਾ ਸਕੇ, ਤਾਈ ਬਾਹਾਂ ਵੱਢਣ ਲੱਗੀ ਸੀ ਨਾ, ਵਢਾਉਣ ਲੱਗੀ ਸੀ ਕਿ ਤਾਈ ਕਹਿੰਦੀ ਇੱਦਾਂ ਦਾ ਕਿਤੇ ਸ਼ਬਦ ਲਿਖ ਨਾ ਤੀ, ਤਾਂ ਉਹ ਕਹਿੰਦਾ ਮੈਂ ਭੁੱਲ ਹੀ ਗਿਆ, ਉਦੋਂ ਤਾਂ ਭੁੱਲਾ ਹੀ ਬੈਠਾ, ਚਲੋ ਰੋਕ ਤਾਂ ਉੱਤਰ ਕੇ ਹੋਣਾ, ਮੈਂ ਹੀ ਬੜਾ ਅੰਦਰ ਹੈ ਨਾ, ਤੁਸੀਂ ਉੱਥੇ ਆਪਣੀ ਡਰਾਈਵਰੀ ਦਿਖਾਤੀ ਆ, ਰਿਸਕ ਇੱਥੋਂ ਵਾਲਾ ਰਿਸਕ ਨਹੀਂ ਮੈਂ ਲੈਂਦਾ, ਇਹ ਮੈਂ ਫੋਰਚੂਨਰ ਦੇ ਸਕੋਰਪੀਓ ਵੜ ਦਿੰਦਾ, ਡੈਮਨ ਲੈ ਸਕਦਾ, ਠੀਕ ਹੈ ਠੀਕ ਹੈ।